ਜਨਾ ਘਰ ਦੀ ਲੱਗੀ ਹੋਈ ਸਬਜ਼ੀ ਮੰਮੀ ਨੇ ਤੋੜ ਕੇ ਤਾਂ ਕੱਟ ਕੇ ਰੱਖ ਦਿੱਤੀ, ਕਹਿੰਦੇ ਅੱਜ ਇਹੀ ਬਣਨੀ ਚਾਹੀਦੀ ਆ। ਮੈਂ ਵੀ ਕਿਵੇਂ ਕੀ ਕਹਿਣਾ ਸੀ, ਮੈਂ ਕਿਹਾ ਚਲੋ ਠੀਕ ਆ, ਹੁਣ ਘਰਦਿਆਂ ਵੱਡਿਆਂ ਦਾ ਕਹਿਣਾ ਤਾਂ ਮੰਨਣਾ ਹੀ ਪੈਣਾ, ਆਪਾਂ ਮੋੜ ਤਾਂ ਸਕਦੇ ਨਹੀਂ। ਮੈਂ ਵੀ ਫਿਰ ਕੀਤਾ, ਬਿਨਾਂ ਆਲੂਆਂ ਦਾ ਚੱਕ ਕੇ ਸਬਜ਼ੀ ਨੂੰ ਲਾਇਆ ਤੜਕਾ, ਅਤੇ ਸਿੱਟੇ ਵਿੱਚ ਪਿਆਜ਼ ਅਤੇ ਨਾਲ ਪਾਈਆਂ ਹਰੀਆਂ ਮਿਰਚਾਂ ਅਤੇ ਪਾਏ ਮਿਰਚ ਮਸਾਲੇ ਦਾ ਲਗਾ ਦਿੱਤਾ ਫਿਰ ਤੜਕਾ। ਮੈਂ ਕਿਹਾ ਦੇਖੀ ਜਾਊ ਅੱਜ ਫਿਰ ਕੀ ਬਣਦਾ ਆ, ਬਿਨਾਂ ਆਲੂਆਂ ਤੋਂ ਸਬਜ਼ੀ ਬਣਾਈ ਤੋਰੀਆਂ ਦੀ, ਅਤੇ ਇੰਨੀ ਸਵਾਦ ਬਣੀ ਕਿਤੇ ਜਿਹੜੀ ਮੂੰਹੋਂ ਹੀ ਨਹੀਂ ਲਿੱਥੇ। ਫਿਰ ਮੈਂ ਇਹਨੂੰ ਕਰਕੇ ਤਾਂ ਮੈਂ ਕਿਹਾ ਚਲੋ ਹੁਣ ਅੱਜ ਰੋਟੀ ਕਣਕ ਦੀ ਨਹੀਂ ਖਾਣ ਨੂੰ ਦਿਲ ਕਰਦਾ, ਅੱਜ ਕੁਛ ਹੋਰ ਹੀ ਬਣਾਉਣੇ ਨਾਲ। ਫਿਰ ਮੈਂ ਬਣਾਈਆਂ ਨਾਲ ਮੱਕੀ ਦੀਆਂ ਰੋਟੀਆਂ, ਮੱਕੀ ਦੀਆਂ ਰੋਟੀਆਂ ਲੋਹ 'ਤੇ ਬਣਾਈਆਂ, ਫਟਾਫਟ ਬਣ ਗਈਆਂ, ਅਤੇ ਨਾਲ ਕਿਤੇ ਸੁੱਕੀ ਸਬਜ਼ੀ ਦੇ ਨਾਲ ਦਹੀਂ ਹੋਵੇ, ਇੱਕ ਹੋਵੇ ਨਾਲ ਲੱਸੀ ਦਾ ਗਲਾਸ, ਅਤੇ ਮੈਂ ਕਹਿੰਦੀ ਖਾਣ ਦਾ ਨਜ਼ਾਰਾ ਹੀ ਆ ਜਾਂਦਾ। ਬੰਦੇ ਦੇ ਸਾਰਾ ਦਿਨ ਦਾ ਕੰਮ ਕਰ ਕਰਕੇ ਜਿਹੜੀ ਥਕਾਨ ਹੈ ਨਾ ਹੁੰਦੀ ਆ, ਉਹ ਵੀ ਲਿੱਥ ਜਾਂਦੀ ਸਵਾਦ ਜਿਹੀ ਨਾਲ ਰੋਟੀ ਖਾ ਕੇ। ਇੰਨਾ ਮਜ਼ਾ ਆਉਂਦਾ, ਨਜ਼ਾਰਾ ਆਉਂਦਾ ਵੀ ਤੁਸੀਂ ਵੀ ਟਰਾਈ ਕਰਕੇ ਦੇਖੋ ਇੱਕ ਵਾਰੀ।